ਸਤਿ ਸ਼੍ਰੀ ਅਕਾਲ ਸੰਜਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਰੋ ਵਿਧੰਜਲ ਤੁਹਾਡੇ ਨਾਲ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਅਮਰੀਕਾ ਦੇਸ਼ ਲੀਬੀਆ ਦੇ ਵਿੱਚ ਤੂਫਾਨ ਡੈਨੀਅਲ ਅਤੇ ਹੜ ਨੇ ਭਾਰੀ ਤਬਾਹੀ ਮਚਾਈ ਹੋਈ ਹੈ ਤੇ ਮੌਕੇ ਦੀਆਂ ਲਾਈਵ ਤਸਵੀਰਾਂ ਵੀ ਤੁਹਾਨੂੰ ਸਾਂਝੀਆਂ ਕਰਦੇ ਹਾਂ ਤੂਫਾਨ ਤੋਂ ਬਾਅਦ ਵਿੱਚ 10000 ਦੀ ਆਬਾਦੀ ਵਾਲੇ ਡੇਰਨਾ ਸ਼ਹਿਰ ਨੇੜੇ ਦੇ ਦੋ ਬੰਨ ਜਿਹੜੇ ਆ ਟੁੱਟ ਚੁੱਕੇ ਨੇ ਤੇ ਇਸ ਦੇ ਨਾਲ ਪੂਰਾ ਸ਼ਹਿਰ ਦਾ ਸ਼ਹਿਰ ਤਬਾਹ ਹੋ ਚੁਕਿਆ ਹੈ ਤੇ ਦੇਸ਼ ਦੇ ਵਿੱਚ ਹੁਣ ਤੱਕ 5000 ਤੋਂ ਵੱਧ ਜਿਹੜੇ ਲੋਕ ਆ ਉਹਨਾਂ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ ਤੇ ਮੀਡੀਆ ਦੇ ਰਿਪੋਰਟਾਂ ਦੇ ਮੁਤਾਬਕ 15000 ਤੋਂ ਵੱਧ ਲੋਕ ਜਿਹੜੇ ਨੇ ਉਹ ਲਾਪਤਾ ਨੇ ਸਿਰਫ 700 ਜਿਹੜੀਆਂ ਲਾਸ਼ਾਂ ਹਜੇ ਬਰਾਮਦ ਹੋਈਆਂ ਨੇ ਤੇ ਜਿਨ੍ਹਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਮਜਾਕਾਰਜ ਦੇ ਵਿੱਚ ਲੱਗੇ ਹੋਏ 123 ਜਵਾਨਾਂ ਦਾ ਵੀ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਇਹ ਹੀ ਕਾਰਨ ਹੈ ਕਿ ਹੁਣ ਫੌਜ ਵੀ ਬੇਵਸ ਹੁੰਦੀ ਹੋਈ ਨਜ਼ਰ ਆ ਰਹੀ ਹੈ ਦੇਸ਼ ਦੇ ਵਿੱਚ ਮੌਜੂਦ ਚੁਣੇ ਹੋਏ ਹਵਾਈ ਐਡੇ ਕਿਸੇ ਵੀ ਭਾਰੀ ਜਾਂ ਮਾਲਵਾਹਕ ਜਹਾਜ਼ ਦੇ ਉੱਥੋਂ ਉਤਰਨ ਦੇ ਲਈ ਟੁਕਮੇ ਨਹੀਂ ਹੈ ਤੇ ਇਸੇ ਕਾਰਨ ਹੀ ਇੱਥੇ ਸਹਾਇਤਾ ਪ੍ਰਦਾਨ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ ਤੇ ਸਿਹਤ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਕਈ ਇਲਾਕਿਆਂ ਦੇ ਵਿੱਚ ਲਾਸ਼ਾਂ ਪਾਣੀ ਦੇ ਵਿੱਚ ਤੈਰਦੀਆਂ ਹੋਈਆਂ ਦੇਖੀਆਂ ਗਈਆਂ ਨੇ ਤੇ ਕਈ ਘਰਾਂ ਦੇ ਵਿੱਚ ਲਾਸ਼ਾਂ ਸੜ ਗਈਆਂ ਨੇ ਤੇ ਬੰਦਰਗਾਹ ਸ਼ਹਿਰ ਡੇਰਨਾ ਨੇੜੇ ਦੋ ਬੰਨ ਨੇ ਤੇ ਉਹ ਜੋ ਕਿ ਤੂਫਾਨ ਤੇ ਹੜ੍ਹ ਦੇ ਕਾਰਨ ਟੁੱਟ ਗਏ ਨੇ ਤੇ ਅਚਾਹੇ ਦੇ ਵਿੱਚ ਇੱਕ ਬੰਨ ਦੀ ਉਚਾਈ 230 ਫੁੱਟ ਦੱਸੀ ਜਾ ਰਹੀ ਸੀ ਤੇ ਇਹ ਡੈਮ ਪਹਿਲਾਂ ਵੀ ਤਬਾਹ ਹੋ ਗਿਆ ਸੀ ਤੇ ਰਿਪੋਰਟਾਂ ਦੇ ਮੁਤਾਬਕ 2002 ਤੋਂ ਬਾਅਦ ਵਿੱਚ ਇਹਨਾਂ ਡੈਮਾਂ ਦੀ ਸਾਮ ਸੰਭਾਲ ਨਹੀਂ ਕੀਤੀ ਗਈ ਤਾਂ ਅਚਾਹੇ ਦੇ ਵਿੱਚ ਪੂਰਾ ਸ਼ਹਿਰ ਜਿਹੜਾ ਹੈ ਹੜ੍ਹ ਦੀ ਲਪੇਟ ਦੇ ਵਿੱਚ ਆ ਗਿਆ ਹੈ ਤੇ ਹਾਲਾਤ ਜਿਹੜੇ ਨੇ ਉਹ ਬਹੁਤ ਹੀ ਖਰਾਬ ਹੋ ਗਏ ਨੇ ਤੇ ਮਰਨ ਵਾਲਿਆਂ ਦੀ ਗਿਣਤੀ ਬਹੁਤ ਹੀ ਜ਼ਿਆਦਾ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਮਰਨ ਵਾਲਿਆਂ ਨੂੰ ਦਫਨਾਉਣ ਦੇ ਲਈ ਵੀ ਕੋਈ ਥਾਂ ਨਹੀਂ ਬਚੀ ਤ ਲਈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਸੜਕ ਉੱਤੇ ਲਾਸ਼ਾਂ ਹੀ ਲਾਸ਼ਾਂ ਦੇਖੀਆਂ ਜਾ ਸਕਦੀਆਂ ਨੇ ਤਜਹਦ ਵਿੱਚ ਹੜ੍ਹ ਨੇ ਕਾਫੀ ਜ਼ਿਆਦਾ ਤਬਾਹੀ ਮਚਾਈ ਹੋਈ ਹੈ ਤੇ ਅਜਹੇ ਦੇ ਵਿੱਚ ਲੋਕਾਂ ਦੀਆਂ ਜਿਹੜੀਆਂ ਉਹ ਲਾਸ਼ਾਂ ਬਹੁਤ ਜ਼ਿਆਦਾ ਦੇਖਣ ਨੂੰ ਮਿਲੀਆਂ ਨੇ ਤੇ ਅਜਹੇ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਇਹ ਟਾਈਮ ਤਬਾਹ ਹੋ ਚੁੱਕੇ ਨੇ ਤੇ ਅਜਹੇ ਦੇ ਵਿੱਚ ਦੱਸਿਆ ਜਾ ਰਿਹਾ ਡੈਮਾ ਦੀ ਤਬਾਹੀ ਤੋਂ ਬਾਅਦ ਵਿੱਚ ਜਿਹਦਾ ਜ਼ਿਆਦਾ ਨੁਕਸਾਨ ਦੇਖਣ ਨੂੰ ਮਿਲਿਆ ਹੈ ਤੇ ਡੈਮਾ ਦੀ ਜਿਹੜੀ ਸਾਮ ਸੰਭਾਲ ਪਹਿਲਾਂ ਵੀ ਨਹੀਂ ਕੀਤੀ ਗਈ ਸੀ ਤਾਂ ਪੂਰਾ ਸ਼ਹਿਰ ਹੜ੍ਹ ਦੀ ਲਪੇਟ ਦੇ ਵਿੱਚ ਆ ਗਿਆ ਹੈ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਨੇ ਮਰਨ ਵਾਲਿਆਂ ਦੀ ਗਿਣਤੀਆਂ ਜਿਹੜੀਆਂ ਵਾਧੀਆਂ ਜਾ ਰਹੀਆਂ ਨੇ ਅਜਾਹੇ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਵੀ ਹੱਥ ਪੈਰਾਂ ਦੀ ਉਹਨਾਂ ਨੂੰ ਪੈ ਗਈ ਹੈ ਤੇ ਉਹਨਾਂ ਦੇ ਵੱਲੋਂ ਬਚਾਅ ਕਾਰਜ ਜਾਰੀ ਨੇ ਅਜਾਹੇ ਦੇ ਵਿੱਚ ਜਿਹੜੇ ਸੁਰੱਖਿਆ ਗਾਰਡ ਜਿਹੜੇ ਆਏ ਹੋਏ ਸੀ 123 ਦੇ ਕਰੀਬ ਉਹ ਵੀ ਲਾਪਤਾ ਹੋਏ ਨਜ਼ਰ ਆ ਰਹੇ ਨੇ ਜਿਹੜੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਨੇ ਉਹਨਾਂ ਲਾਸ਼ਾਂ ਦੀ ਜਿਹੜੀ ਪਛਾਣ ਨਹੀਂ ਹੋ ਸਕੀ ਤਾਂ ਗਲੀਆਂ ਸੜੀਆਂ ਜਿਹੜੀਆਂ ਲਾਸ਼ਾਂ ਘਰਾਂ ਦੇ ਵਿੱਚ ਦੇਖੀਆਂ ਗਈਆਂ ਨੇ ਤਾਂ ਹਾਲਾਤ ਬਹੁਤ ਜ਼ਿਆਦਾ ਮਾੜੇ ਹੋ ਚੁੱਕੇ ਨੇ ਤੇ ਲਾਸ਼ਾਂ ਨੂੰ ਦਫਨਾਉਣ ਦੇ ਲਈ ਵੀ ਜਗ੍ਹਾ ਨਹੀਂ ਬਚੀ ਤਾਂ ਅਜਹ ਦੇ ਵਿੱਚ ਤੁਹਾਡੇ ਨਾਲ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਅਫਰੀਕੀ ਦੇਸ਼ ਲੀਬੀਆ ਦੇ ਵਿੱਚ ਤੂਫਾਨ ਡੈਨੀਅਲ ਤੇ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਤੂਫਾਨ ਵੀ ਆਇਆ ਤੇ ਹੜ੍ਹ ਵੀ ਆਇਆ ਤ ਕੁਦਰਤੀ ਮਾਰ ਪਈ ਹੈ ਤੂਫਾਨ ਤੋਂ ਬਾਅਦ ਵਿੱਚ ਹਜ਼ਾਰਾਂ ਦੇ ਕਰੀਬ ਆਬਾਦੀ ਵਾਲੇ ਜਿਹੜੇ ਡਰਨਾ ਸ਼ਹਿਰ ਹੈ ਉਹਦੇ ਨੇੜੇ ਜਿਹੜੇ ਦੋਵਾਨ ਹੈ ਉਹ ਟੁੱਟ ਗਏ ਸਨ ਤੇ ਅਜਹ ਦੇ ਵਿੱਚ ਪੂਰਾ ਸ਼ਹਿਰ ਦਾ ਸ਼ਹਿਰ ਤਬਾਹ ਹੋ ਗਿਆ ਤੇ ਦੇ ਵਿੱਚ ਹੁਣ ਤੱਕ 5000 ਤੋਂ ਜਿਹੜੇ ਵੱਧ ਲੋਕ ਆ ਉਹਨਾਂ ਦੀ ਮੌਤ ਹੋ ਚੁੱਕੀ ਦੱਸੀ ਜਾ ਰਹੀ ਹੈ ਤੇ ਕਈ ਲੋਕ ਜਿਹੜੇ ਲਾਪਤਾ ਹੋਏ ਦੱਸੇ ਜਾ ਰਹੇ ਨੇ ਤਾਂ ਸਿਰਫ ਜਿਹੜੇ 700 ਜਿਹੜੀਆਂ ਲਾਸ਼ਾਂ ਬਰਾਮਦ ਹੋਈਆਂ ਨੇ ਤਾਂ ਅਜੇ ਦੇ ਵਿੱਚ ਉਹਨਾਂ ਦੀ ਵੀ ਪਛਾਣ ਨਹੀਂ ਹੋ ਸਕੀ ਬਜਾਅ ਕਾਰਜ ਲਈ ਜਿਹੜੇ ਨੌਜਵਾਨ ਆਏ ਸੀ ਜਿਹੜੇ ਜਵਾਨ ਆਏ ਸੀ ਉਹ ਵੀ ਲਾਪਤਾ ਜਿਹੜੇ ਦੱਸੇ ਜਾ ਰਹੇ ਨੇ ਤੇ ਇਹੀ ਕਾਰਨ ਹੈ ਕਿ ਹੁਣ ਜਿਹੜੀ ਫੌਜ ਹੈ ਉਹ ਬੇਵੱਸ ਨਜ਼ਰ ਆ ਰਹੀ ਹੈ ਤੇ ਅਜਹੇ ਦੇ ਵਿੱਚ ਜਿਹੜੇ ਸੁਰੱਖਿਆ ਮੁਹੱਈਆ ਲੋਕਾਂ ਨੂੰ ਕਰਵਾਉਣੀ ਮੁਸ਼ਕਲ ਹੋਈ ਪਈ ਹੈ ਤੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਤੇ ਕੁਦਰਤੀ ਆਫਤ ਹੈ ਤੂਫਾਨ ਤੇ ਹੜ ਆਇਆ ਤੇ ਅਜਹੇ ਦੇ ਵਿੱਚ ਪੂਰਾ ਸ਼ਹਿਰ ਤਬਾਹ ਹੋ ਗਿਆ ਹੈ ਇਸ ਸੰਬੰਧੀ ਪਲਪਲ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਬਣੇ ਰਹੋ ਸਾਂਝਾ ਟੀਵੀ ਦੇ ਨਾਲ